ਇੱਕ ਬੰਦਾ ਕਹਿੰਦਾ ਆਓ ਤੁਹਾਨੂੰ ਸੁਰੇਂਦਰ ਸਾਹਿਬ ਇਸ ਕਿਸਮ ਦੀ ਚਾਹ ਬਣਾ ਪਿਆਉਂਦੇ ਹਾਂ। ਉਹ 10 ਕਿਲੋਮੀਟਰ ਅੱਗੇ ਗਿਆ ਅਤੇ ਚਾਹ ਕਿਸੇ ਨਾ ਕੰਮ ਦੀ, ਅਤੇ ਉਹਨੂੰ ਕਹਿੰਦਾ 20 ਸਾਲ ਹੋ ਗਏ ਤੇਰੇ ਕੋਲ ਪੀਂਦਿਆਂ, ਤੈਨੂੰ ਨਾ ਬਣਾਉਣੀ ਆਈ। ਸਾਡੇ ਮੈਂ ਇੱਕ ਜਗ੍ਹਾ 'ਤੇ ਬੈਠਾ ਚਾਹ ਲੱਗੋ ਮੁਗਲਪੁਰਾ ਨਾ, ਸਾਡੇ ਦੋਸਤ ਨੇ ਸ਼ਾਹ ਸਾਹਿਬ, ਅਤੇ ਚਾਹ ਦਾ ਹੋਟਲ, ਅਤੇ 2 ਮੁੰਡੇ ਆਏ ਨੇ ਮੇਰੇ ਸਾਹਮਣੇ, ਕਹਿੰਦੇ ਸ਼ਾਹ ਜੀ ਓਹੋ ਅੱਜ ਬਹੁਤ ਜ਼ਲੀਲ ਹੋਏ ਆ ਵੀ ਸਾਰੀ ਦਿਹਾੜੀ ਫਿਰ ਫਿਰ ਕੇ ਬਹੁਤ ਜ਼ਲੀਲ ਹੋ ਗਏ, 2 ਚਾਵਾਂ ਪਿਆ ਦਿਓ। ਅਤੇ ਹੁਣ ਸ਼ਾਹ ਨੇ ਚਾਵਾਂ ਬਣਾਈਆਂ ਅਤੇ ਬਹੁਤ ਮਾੜੀਆਂ, ਅਤੇ ਘੁੱਟ ਭਰ ਕੇ ਕਹਿੰਦੇ ਸ਼ਾਹ ਜੀ ਜ਼ਲੀਲ ਅਸੀਂ ਇੱਥੇ ਆ ਕੇ ਵੀ ਹੋਏ ਹੀ ਆ। ਇੱਕ ਢਾੜੀ ਚਾਹ ਪੀ ਰਿਹਾ, ਕਹਿੰਦੇ ਚਾਹ ਬਣਾ ਦੇ ਪੁੱਤ, ਅਤੇ ਉਹਨੇ ਜਦੋਂ ਪੀਤੀ ਤਾਂ ਕਹਿੰਦਾ ਪੁੱਤੇ 'ਚ ਮਿੱਠਾ ਵੀ ਐਡਾ ਕੋਈ ਨਹੀਂ, ਦੁੱਧ ਵੀ ਕੱਖ ਨਹੀਂ ਪਾਇਆ, ਤੈਨੂੰ ਉਹ 'ਚ ਕੁਛ ਬਚ ਵੀ ਜਾਂਦਾ। ਸਾਰੇ ਬਚ ਗਏ। ਆਹੋ ਲਓ ਜੀ ਨਾਜ਼ਰੀਨ, ਇੱਕ ਬ੍ਰੇਕ 'ਤੇ ਚੱਲਦੇ ਸਰ, ਹੁਣ ਇਹ ਬ੍ਰੇਕ ਤੋਂ ਬਾਅਦ ਅਸਲ ਸ਼ੋਅ ਸ਼ੁਰੂ ਹੋਣਾ ਜੀ। ਹਾਂ ਜੀ, ਮੈਂ ਰੈਡੀ ਹੋ ਜਾਵਾਂ। ਠੀਕ ਹੈ ਜੀ, ਮੈਨੂੰ ਪਤਾ ਪਹਿਲੀਆਂ 3 ਬ੍ਰੇਕਾਂ ਨਾ ਅਸੀਂ ਜ਼ਰਾ ਅਸੀਂ ਗੈਸਟ ਨੂੰ ਦੇਖੀਦਾ ਕਿ ਇਹਦਾ ਕੀ ਹਿਸਾਬ ਕਿਤਾਬ। ਨਹੀਂ, ਮੈਂ ਤੁਹਾਡਾ ਸ਼ੋਅ ਬੜੇ ਸ਼ੌਕ ਨਾਲ ਦੇਖਣਾ ਵਾਂ, ਕਿਉਂਕਿ ਇੱਥੇ ਸਾਡੇ ਜਿੰਨੇ ਵੀ ਮਤਲਬ ਕਾਮੇਡੀ ਦੇ ਹਵਾਲੇ ਨਾਲ, ਆਪਣੀ ਆਰਟ ਦੇ ਹਵਾਲੇ ਨਾਲ ਗੱਲਾਂ ਹੁੰਦੀਆਂ, ਮੈਨੂੰ ਪਤਾ ਆਖਰੀ ਬ੍ਰੇਕ 'ਚ ਤੁਸੀਂ ਧੂੜਾਂ ਪੁੱਟ ਦੇਣੀਆਂ। ਆਹ ਆਹ ਵਾਹ, ਕਿਉਂ ਜੀ ਉਹ ਦੇਖਦੇ ਸਰ। ਇਹ ਗੱਲ, ਇਹ ਪਹਿਲੀਆਂ 3 ਬ੍ਰੇਕਾਂ ਸੀ, ਸਿਰਫ ਤੁਹਾਨੂੰ ਥੋੜ੍ਹਾ ਜਿਹਾ ਤੁਹਾਨੂੰ ਵਾਰਮ ਅਪ ਕੀਤਾ ਤੁਹਾਨੂੰ, ਕਿ ਵੀ ਤੁਸੀਂ ਜ਼ਰਾ ਅਗਲੀ ਬ੍ਰੇਕ ਵਾਸਤੇ ਹੁਣ ਮਕਾ, ਹੁਣ ਸ਼ਾਮ ਅਪ ਹੋ ਗਈ ਆ। ਇਹ ਦੇਖ ਲਓ ਜੀ, ਪਹਿਲੀਆਂ 3 ਆਈਆਂ ਵੀ ਆ ਕਾਰਡ 'ਚ ਕਿ ਨਹੀਂ, ਇਹ ਵੀ ਦੇਖ ਲਓ। ਨਹੀਂ ਉਹ ਰਿਕਾਰਡਿੰਗ ਹੋਈ ਆ। ਅੱਛਾ ਫਿਰ ਠੀਕ ਆ ਜੀ। ਲਓ ਜੀ ਨਾਜ਼ਰੀਨ, ਫਾਈਨਲ ਅਗਲੀ ਬ੍ਰੇਕ ਹੋਣੀ ਆ, ਇਹ ਹੁਣ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਜਦੋਂ ਆਵਾਂਗੇ ਨਾ, ਬਸ ਤੁਸੀਂ ਵੱਖੀਆਂ ਨੂੰ ਨਾ ਮਾਲਿਸ਼ ਕਰ ਲਓ, ਵੱਖੀਆਂ ਤੇਲ ਲਾ ਲਓ ਵੱਖੀਆਂ ਨੂੰ। ਬਈ ਮੈਂ ਕਹਿੰਦਾ ਹਸਾ ਹਸਾ ਕੇ ਤੁਹਾਨੂੰ ਅਸੀਂ ਫੋਲਡਿੰਗ ਵਾਲਾ ਕਰ ਦੇਣਾ ਜੀ, ਦੂਰਾ ਕਰ ਦੇਣਾ। ਠੀਕ ਹੈ, ਮਿਲਦੇ ਆ ਬ੍ਰੇਕ ਤੋਂ ਬਾਅਦ। ਏ ਵੱਕਾ ਵੱਕਾ ਏ ਜ਼ਮਨਾ ਮਿਨਾ ਜ਼ਮ ਗੜੇ ਵਾ ਦਿਸ ਟਾਈਮ ਫੋਰ ਅਫਰੀਕਾ ਓ ਨਰਾਜ਼ੇ ਅੱਜ ਓ ਨਰਾਜ਼ੇ। ਵਾ 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 ਵਾ, ਫਾਈਨਲ ਰਾਉਂਡ। ਓਲੇ ਤਾਲੀਆਂ। ਸਲੀਮ ਸਾਹਿਬ ਹੁਣ ਮੈਨੂੰ ਸ਼ਰਮਿੰਦਾ ਨਾ ਕਰਾਉਣਾ। ਨਹੀਂ ਸਰ, ਪਹਿਲੇ ਕਦੀ ਕਰਾਇਆ ਨਾ। ਤੁਹਾਡੀ ਮਿਹਰਬਾਨੀ ਆ, ਹੁਣ ਸਾਨੂੰ ਹਸਾਓ। ਕਿਉਂ? ਮੈਂ ਕਰਨਾ ਇੱਦਾਂ। ਅੱਛਾ ਜੀ, ਹਾਂ ਮੈਨੂੰ ਕੋਈ। ਅੱਛਾ ਮੈਨੂੰ ਇਹ ਦੱਸੋ, ਬਹੁਤ ਸਾਰੇ ਲੋਕ ਇਹ ਸਮਝਦੇ ਨੇ ਹਨੀਲ ਬਿੱਲਾ ਸਾਹਿਬ ਅਤੇ ਸਲੀਮ ਬਿੱਲਾ ਸਾਹਿਬ ਸਕੇ ਭਰਾ ਨੇ। ਬਿਲਕੁਲ ਲੋਕ ਸਮਝਦੇ ਨੇ, ਕੁਛ ਲੋਕ ਤਾਂ ਨਾ ਮਤਲਬ ਕਈ ਪੁੱਛ ਲੈਂਦੇ ਆ ਨਾ ਕਿ ਬਾਕੀ ਤੁਹਾਡਾ ਭਾਈ ਸੀ, ਫਿਰ ਮੈਂ ਕਹਿੰਦਾ ਨਹੀਂ ਜੀ ਉਹ ਅਲਬੇਲਾ ਸਾਹਿਬ ਦੇ ਬੇਟੇ ਨੇ, ਅਲਬੇਲਾ ਸਾਹਿਬ ਮੇਰੇ ਉਸਤਾਦ ਨੇ, ਅਤੇ ਸਮਝੋ ਅਸੀਂ ਭਰਾ ਹੀ ਹਾਂ। ਮਤਲਬ ਕਈ ਪੁੱਛਦੇ ਹੀ ਨਹੀਂ, ਐਵੇਂ ਹੀ ਕਹੀ ਜਾਣਗੇ ਤੁਹਾਡੇ ਵਾਲਦ ਸਾਹਿਬ ਨਾਲ ਯੂਰਪ ਸਾਡੇ ਕੋਲ ਆਉਂਦੇ ਹੁੰਦੇ ਸਰ, ਅਸੀਂ ਉਹਨਾਂ ਦੀ ਬਹੁਤ ਖਿਦਮਤ ਕਰੀ ਦੀ, ਤੂੰ ਆਪਣੇ ਪਿਓ ਦਾ ਨਾਂ ਰੌਸ਼ਨ ਕੀਤਾ। ਅਤੇ ਮੈਂ ਵਿੱਚੋਂ ਗੁੰਮ, ਮੈਂ ਕਿਹਾ ਬਿਲਕੁਲ ਜੀ ਮਿਹਰਬਾਨੀ। ਨਹੀਂ ਪਿਓ ਹੀ ਕਹਿ ਰਿਹਾ ਗੱਲ ਆ। ਅੱਛਾ ਅਲਬੇਲਾ ਸਾਹਿਬ ਨੂੰ ਨਾ ਇੱਕ ਬੰਦੇ ਨੇ ਗਲਾਸਕੋ ਬਹੁਤ ਅੱਛੀ ਗੱਲ ਕੀਤੀ ਸੀ, ਉਹ ਵੀ ਉੱਥੇ ਯੁਗਤਾਂ ਕਰਦਾ, ਮੈਂ ਉਹਨਾਂ ਨੂੰ ਮਿਲਿਆ ਉੱਥੇ ਸ਼ੋਅ ਕਰਨ ਗਿਆ ਸੀ, ਅਤੇ ਅਲਬੇਲਾ ਸਾਹਿਬ ਕਹਿੰਦੇ ਆਏ ਸੀ ਇੱਥੇ, ਅਤੇ ਉਹਨਾਂ ਨੇ ਨਾ ਲੌਂਡਰੀ 'ਤੇ ਪੈਂਟ ਕੋਟ ਦਿੱਤਾ ਧੋਣ ਲਈ, ਅਤੇ ਉਹਨੂੰ ਕਹਿੰਦਾ ਜੀ ਇਹ ਬੇਟਾ ਜੀ ਇਹ ਕਦੋਂ ਮਿਲੇਗਾ, ਉਹ ਕਹਿੰਦਾ ਜੀ ਜਦੋਂ ਪੈਸੇ ਦਿਓਗੇ। ਨਹੀਂ ਤੂੰ ਗਾਣਾ ਵਿੱਚ ਹੀ ਰਹਿ ਗਿਆ ਫਿਰ। ਗਾਣਾ ਸਰ ਸੁਣ ਲਈਏ ਸਰ, ਤੁਹਾਨੂੰ ਮੈਂ ਸੁਣਾਵਾਂ ਇੱਕ ਗਾਣਾ। ਸਾਡੇ ਕੋਲ ਇੱਕ ਬੱਚਾ ਹੁੰਦਾ, ਤਾਂ ਕਿਉਂਕਿ ਜਿਹੜੇ ਵੱਡੇ ਸਿੰਗਰ ਹੁੰਦੇ ਨੇ ਨਾ ਜਾਂ ਵੱਡੇ ਆਰਟਿਸਟ ਹੁੰਦੇ, ਇਹ ਐਂਡ 'ਤੇ ਪਰਫੋਰਮ ਕਰਦੇ, ਐਂਡ 'ਤੇ ਬਿਲਕੁਲ ਹੈ ਨਾ, ਹਾਲੇ ਔਰ ਲਿਖਿਆ ਹੁੰਦਾ ਨਾ ਇਹਨਾਂ ਦਾ। ਹਾਂ, ਲੜਾਈਆਂ ਹੁੰਦੀਆਂ ਨੇ ਆਰਟਿਸਟਾਂ ਦੀਆਂ ਕਿ ਵੀ ਮੈਂ ਐਂਡ 'ਤੇ ਗਾਉਣਾ ਔਰ ਫਲਾਂ ਫਲਾਂ ਔਰ ਫਲਾਂ ਫਲਾਂ। ਤੁਹਾਨੂੰ ਇੱਕ ਬੱਚਾ ਸੁਣੋ ਨਾ, ਬੜਾ ਅੱਛਾ ਅੱਛਾ। ਇੱਥੇ ਸਾਡਾ ਨਾ ਇੱਕ ਆਰਟਿਸਟ ਅੱਲਾ ਜਨਤਾ ਹੀ ਕਰਕੇ ਮੁਮਤਾਜ਼ਰੀ ਬੜੀ ਅੱਛੀ ਗੱਲ ਕਰਦਾ ਹੁੰਦਾ ਸੀ,
ਉਹ ਇੱਕ ਇੱਕ ਪ੍ਰੋਗਰਾਮ 'ਚ ਨਾ ਆਪੇ ਹੀ ਆ ਗਿਆ, ਕਹਿੰਦੇ ਤੂੰ ਕੌਣ ਹੈ? ਕਹਿੰਦਾ ਬਾਹਰ ਮੇਰਾ ਲਿਖਿਆ ਖੁਦਾਮਦੀਦ ਖੁਦਾਮਦੀਦ ਆਪੇ ਹੀ ਆ ਜਾ, ਆਪੇ ਹੀ ਆ ਜਾ। ਲਓ ਜੀ ਸਲੀਮ ਸਾਹਿਬ ਜੀ ਜੀ, ਹੁਣ ਕੋਈ ਸਾਨੂੰ ਗਾਣਾ ਸੁਣਾਓ, ਮਜ਼ੇਦਾਰ ਜਿਹਾ ਕੋਈ। ਦੇਖ ਲਓ ਨੇ ਤੇ ਨੋਨੀ ਦੁਬਾਰਾ ਬੁਲਾ ਲੈਂਦੇ ਹਾਂ। ਨਹੀਂ ਨਹੀਂ ਉਹਨਾਂ ਕੋਲੋਂ ਸੁਣਦੇ ਹਾਂ। ਨਹੀਂ ਮੈਂ ਮਤਲਬ ਨੋਨੀ ਵਰਗਾ ਤਾਂ ਨਹੀਂ ਗਾ ਸਕਦਾ, ਕੋਈ ਨੋਨੀ ਅੱਛਾ ਗਾਉਂਦਾ, ਉਹਦਾ ਗਲਾ ਅੱਛਾ ਹੈ, ਅਤੇ ਅਸੀਂ ਤਾਂ ਕੌਮੇਡੀਅਨ ਹਾਂ ਬੇਸਿਕਲ, ਅਤੇ ਨਹੀਂ ਨਹੀਂ ਥੋੜ੍ਹਾ ਬਹੁਤਾ ਗਾ ਵੀ ਨਹੀਂ। ਸਰ ਮੈਂ ਤੁਹਾਨੂੰ ਐਜ਼ ਏ ਸਿੰਗਰ ਸਮਝ ਕੇ ਨਹੀਂ ਕਹਿ ਰਿਹਾ, ਹਾਂ ਹਾਂ, ਐਜ਼ ਏ ਸ਼ੌਕੀਨ, ਜਿੱਦਾਂ ਮੈਨੂੰ ਵੀ ਸ਼ੌਕ ਆ ਮਾੜਾ ਮੋਟਾ। ਬਿਲਕੁਲ, ਕਿਉਂ ਹਾਂ, ਇਸ ਤਰ੍ਹਾਂ ਹੀ ਬਸ। ਚੰਗਾ, ਚਲੋ ਫੈਸਲਾਬਾਦ ਦਾ ਹੀ ਇੱਕ ਆਪਣਾ ਸੌਂਗ, ਆਪਣਾ ਸਾਦਕ ਇਕਬਾਲ ਸਾਹਿਬ ਦਾ ਮੈਂ ਸੁਣਾ ਦਿੱਤਾ। ਦਾਲ ਦਗਾ ਨਾ ਕਰੀਏ ਉਸ ਜਗ੍ਹਾ, ਵਾਹ ਵਾਹ, ਜਿੱਥੇ ਪ੍ਰੀਤ ਲਾਉਣੇ ਦੀ ਨੀਤ ਹੋਵੇ, ਵਾਹ, ਸੋਹਣਾ ਵੇਖ ਕੇ ਯਾਰੀ ਬੇਸ਼ੱਕ ਲਾਏ, ਭਾਵੇਂ ਉੱਚ ਹੋਵੇ ਭਾਵੇਂ ਨੀਚ ਹੋਵੇ, ਵਾਹ, ਪਹਿਲੇ ਆਪਣੇ ਦਿਲ ਨੂੰ ਸਾਫ ਕਰੀਏ, ਉਹ ਭਾਵੇਂ ਅਗਲੇ ਦੀ ਨੀਤ ਬਦਨੀਤ ਹੋਵੇ, ਹੈਦਰ ਸ਼ਾਹ ਮੀਆਂ ਯਾਰੀ ਤਾਂ ਲਾਏ, ਜੇਕਰ ਤੋੜ ਨਿਭਾਉਣੇ ਦੀ ਨੀਤ ਹੋਵੇ, ਕੋਈ ਬਾਜਰੇ ਗੱਡ ਮਾਇਆ ਕਿ ਉਂਝ ਭਾਵੇਂ ਲੜਿਆਈ ਰੋ, ਇੱਕ ਸ਼ਹਿਰ ਨਾ ਛੱਡ ਮਾ, ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁਲ ਜਾਵੇਂਗਾ, ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁਲ ਜਾਵੇਂਗਾ, ਇੱਥੇ ਰੁਲ ਮੋਏ ਲਖਾਂ ਤੂੰ ਵੀ ਰੁਲ ਜਾਵੇਂਗਾ, ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁਲ ਜਾਵੇਂਗਾ। ਵਾਹ 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 ਵਾਹ। ਜਦੋਂ ਕੋਈ ਆਪਣੇ ਤੋਂ ਦੂਰ ਹੋ ਜਾਂਦਾ ਨਾ, ਫਿਰ ਪਿਆਰ ਹੋਰ ਵੱਧ ਜਾਂਦਾ। ਜਦੋਂ ਤੇਰੇ ਕੋਲੋਂ ਚੰਨਾ ਫਰਾਰ ਹੋਵੇਗਾ, ਤੇਰਾ ਅੱਗੇ ਨਾਲੋਂ ਬਹੁਤਾ ਸਾਰਾ ਪਿਆਰ ਹੋਵੇਗਾ। ਜਦੋਂ ਤੇਰੇ ਕੋਲੋਂ ਚੰਨਾ ਫਰਾਰ ਹੋਵੇਗਾ, ਤੇਰਾ ਅੱਗੇ ਨਾਲੋਂ ਬਹੁਤਾ ਸਾਰਾ ਪਿਆਰ ਹੋਵੇਗਾ, ਐਵੇਂ ਕੱਚੀ ਗੰਢ ਵਾਂਗੂ ਰਾਏ ਖੁੱਲ ਜਾਵੇਗਾ, ਬਹੁਤਾ ਪਿਆਰ ਨਾ ਕਰੀ ਨਹੀਂ ਤੇ ਰੁਲ ਜਾਵੇਗਾ। ਵਾਹ ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਬਸ ਐਂ ਆਪਣੇ ਸ਼ੌਕ ਲਈ ਥੋੜ੍ਹਾ ਬਹੁਤ। ਮੈਂ ਕਹਿੰਦਾ ਹੁੰਦਾ ਜੀ ਕਿ ਸੁਰ ਅਤੇ ਲੈ ਜਿਹੜਾ ਨਾ, ਟੈਂਪੋ ਅਤੇ ਸੁਰੀਲਾਪਨ, ਇਹ ਹਰ ਕੰਮ 'ਚ ਤੁਹਾਡੇ ਕੋਲ ਹੋਣਾ ਚਾਹੀਦਾ, ਅਤੇ ਤੁਸੀਂ ਅੱਛੇ ਕਾਰੀਗਰ ਹੋ ਕਿਸੇ ਵੀ ਚੀਜ਼ ਦੇ। ਬਿਲਕੁਲ ਬਿਲਕੁਲ, ਕਿਉਂਕਿ ਹਰ ਚੀਜ਼ ਜਿਹੜੀ ਨਾ ਇੱਕ ਤਰਤੀਬ ਨਾਲ ਬਣਾਈ ਆ, ਇੱਕ ਟੈਂਪੋ 'ਚ ਬਣਾਈ ਆ। ਸਾਡੇ ਪ੍ਰੋਗਰਾਮ ਜਿਹੜਾ ਐਡਿਟ ਕਰਦਾ ਨਾ, ਜਿਹੜਾ ਐਡੀਟਰ ਵੀ ਟੈਂਪੋ 'ਚ ਨਹੀਂ ਨਾ, ਸਰ ਟੈਂਪੋ 'ਚ ਨਹੀਂ, ਉਹਨੇ ਹਰ ਗੱਲ ਨੂੰ ਇੱਕ ਨਾਲ ਟੈਲੀ ਕਰਨਾ ਹੁੰਦਾ। ਯੈਸ ਯੈਸ ਯੈਸ। ਅਤੇ ਸਾਡਾ, ਅਸੀਂ ਕੌਮੇਡੀਅਨ ਆ ਬੇਸ਼ੱਕ, ਲੇਕਿਨ ਕੌਮੇਡੀਅਨ ਸੁਰ ਲੈ ਦਾ ਜਿਹਨੂੰ ਪਤਾ ਹੈ, ਇਹ ਕੌਮੇਡੀ ਦਾ ਵੀ ਇੱਕ ਸੁਰ ਹੁੰਦਾ। ਹਾਂਜੀ, ਔਰ ਸਾਰ ਉਹੀ ਕਰ ਰਿਹਾ ਨਾ, ਇਹ ਵੀ ਵਿੱਚ ਬੇਲੈਗ ਹੋਏਗਾ, ਤੁਹਾਨੂੰ ਤਕਲੀਫ ਹੋਏਗੀ। ਯੈਸ 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 ਯੈਸ। ਹਾਂ, ਕੀ ਆਵਾਜ਼ ਲਾ ਰਿਹਾ ਪੂਰਾ ਰਿਦਮ ਦੇ ਵਿੱਚ। ਆਵਾਜ਼ 'ਚ ਨਾ ਕੋਈ ਗਲਤ ਆਵਾਜ਼ ਲਾਵੇ ਤਾਂ ਮੇਨ ਇੰਜ ਵੇਜਦਾ, ਹੈਲੋ ਆਹੋ ਲੈ ਦਾ ਸੁਰ ਤੋਂ। ਸਹੀ ਗੱਲ, ਆਹੋ। ਲਓ ਜੀ ਸਰ,
ਸਲੀਮ ਸਾਹਿਬ ਬਹੁਤ ਸ਼ੁਕਰੀਆ, ਲਵ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਜਾਨੀ ਸਾਹਿਬ, ਆਪਣਾ ਬਹੁਤ ਖਿਆਲ ਰੱਖੋ, ਤੁਸੀਂ ਵੀ ਸਾਡੇ ਪਾਕਿਸਤਾਨ ਦਾ ਸਾਸਾ ਬੜੀ ਮੁਹੱਬਤ ਕਰਦੇ ਆ, ਅਤੇ ਇਸੇ ਤਰ੍ਹਾਂ ਆਪਣੇ ਫਨ ਦੇ ਨਾਲ ਲੋਕਾਂ ਨੂੰ ਮਹਿਸੂਸ ਕਰਦੇ ਰਹੋ ਸਰ, ਥੈਂਕ ਯੂ, ਔਰ ਸਾਰੇ ਆ ਕਿ ਤੁਸੀਂ ਮਾਸ਼ਾਅੱਲਾ ਬਹੁਤ ਆਪਣਾ ਮੇਨਟੇਨ ਰੱਖੀ ਸਿਹਤ ਆਪਣੀ, ਕਿ 62-63 ਸਾਲ ਕੋਈ ਬੰਦਾ ਨਹੀਂ ਕਹਿ ਸਕਦਾ, ਖੁਦਾ ਦਾ ਵਾਸਤਾ ਹੀ, ਮੈਂ ਹੁਣੇ ਤੈਨੂੰ ਸ਼ਨਾਖਤੀ ਕਾਰਡ ਦਿਖਾਇਆ, ਤੂੰ ਫਿਰ ਇਹ ਵੇਖ ਯਾਰ, ਸਰ ਇੱਥੇ ਸ਼ਨਾਖਤੀ ਕਾਰਡ ਜਿਹੜਾ ਮੈਂ ਸਵੇਰੇ ਬਣਵਾ ਲਾ 2 ਸਾਲ ਦਾ, ਨਹੀਂ ਹੁਣ ਨਹੀਂ ਬਣਦਾ, 2 ਸਾਲ ਲਿਖੇ ਹੁਣ ਨਹੀਂ ਬਣਦਾ, ਸਖਤੀ ਹੋ ਗਈ, ਕੰਪਿਊਟਰਾਈਜ਼ ਹੋ ਗਏ ਨਾ ਸਾਰੇ, ਪਹਿਲੇ ਤਾਂ ਘਰ ਵੀ ਲੋਕ ਬਣਾ ਲੈਂਦੇ ਸੀ ਹੱਥ ਨਾਲ, ਵੱਡਾ ਹੁੰਦਾ ਸੀ ਪੈਨਸਲ ਨਾਲ ਲਿਖਿਆ, ਇਹਨੇ ਸ਼ਨਾਖਤੀ ਕਾਰਡ ਬਣਾਇਆ ਸਰ, ਤਸਵੀਰ ਉਹ ਸੈਲਫੀ ਵਾਲੀ ਲਾਈ ਹੈ, ਦੱਸੋ ਸ਼ਨਾਖਤੀ ਕਾਰਡ 'ਤੇ ਕੀੜੀਆਂ ਚੜ ਗਈਆਂ, ਕਹਿੰਦੇ ਮਿੱਠਾ ਪੂਰੀ ਲਿਖਾ ਬੈਠਾ, ਅਤੇ ਸਰ ਥੈਂਕ ਯੂ, ਲਵ ਯੂ ਸਰ, ਬਹੁਤ ਸ਼ੁਕਰੀਆ।